ਪੇਸਟ ਬਣਾ ਰਹੇ ਹੋ ਤੁਸੀਂ? ਜੀ ਹਾਂ ਜੀ। जमीन ही कटिया जाता हूं इथो भी आंदा लेकिन इथो बहुत घट आंदा जमीन आबाद हो गई है हूं नहरां तो सरकारी जंगलां तो आंदा है जेडे के कुछ आर्मी के अंडर ने कुछ महकमा जंगलात के अंडर महकमा हाँ जी नहरों तो भी आंदा छांगा मांगा जंगल तो आंदा फिर डाकर जंगल तो आंदा मंडी भावल जीन तो आंदा। अच्छा हाँ जी मतलब उस साइड से लोग बनाते नहीं है या कि चक्कर कारीगर तुसा इधर ज्यादा कारी अच्छे कारीगर है ये काम असल में स्टार्ट ही इस जगह तो होया कि लेकिन इक्का दुक्का नग बनदा या फिर हुण लकी मरवत मंडी है इस तों बाद जिहड़ी है। अच्छा हां जी ते ज्यादातर इत्थे ही तैयार हुंदा ते फिर ओह हर जगह ते इत्थे फिर आउंदा ते इत्थों फिर अग्गे फौजिया ने आके आबाद ही नहीं की जनरल अयूब खान ने फौजिया दिती ही बार्डर ते जमीन आबाद करनगे ते बार्डर दी नाल रखवाली करनगे लेकिन उन्होंने आन के इन वेख्या तक नहीं आबाद नहीं किया पहले पहले तो इस तरह भी ये मुरबा विकया कि जेडे किसे फौजी ने मसलन आना ना या किसी ने वो कागज पटवारी को देख के मगर जाना तो उन्हें कहना कि 170 मोटरसाइकिल लै दे चल मुरबा तेरे ना करा देना जे कोई मसलन बड़ा किसी ने कहना उन्हें आखना एक मज लाया जी मसलन जी या एक गाय लाया तो मुरबा करा देना उस तो बाद ਇਹ ਮੁਰੱਬੇ ਜਿਹੜੇ ਨੇ ਇਹ 25,000 ਦਾ ਮੁਰੱਬਾ ਵੀ ਬੈ ਵਿਕਿਆ ਜਿਹੜਾ ਕਿ ਇਸ ਮੌਕੇ 25-30,000 ਰੁਪਈਆ ਕਿੱਲੇ ਦਾ ਠੇਕਾ ਹੈਗਾ ਉਹਨਾਂ ਮੁਰੱਬਿਆਂ ਦਾ ਜਦੋਂ ਦਾ ਇੰਡੀਆ ਨੇ ਰਾਵੀ ਦਾ ਪਾਣੀ ਬੰਨ ਲਿਆ। ਹਾਂਜੀ ਤੇ ਜਿਨ੍ਹਾਂ ਲੋਕਾਂ ਨੂੰ ਫਿਰ ਪਤਾ ਸੀ ਅਫਸਰਾਂ ਲੋਕਾਂ ਨੂੰ ਉਹਨਾਂ ਆਪਣੇ ਯਾਰਾਂ ਦੋਸਤਾਂ ਨੂੰ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਦੱਸਿਆ ਵੀ ਇਹ ਹੁਣ ਤਬਾਹੀ ਨਹੀਂ ਹੋਣੀ ਕਰਨੀ ਇਹਨੂੰ ਖਰੀਦ ਲਓ ਉਹਨਾਂ ਫਿਰ ਸਸਤੇ ਖਰੀਦੇ ਹੁਣ ਤੇ ਬੜਾ ਸਾਰਾ ਮਹਿੰਗਾ ਕੰਮ ਆ ਹੁਣ ਤੇ ਉਹ ਜਿੰਨੇ ਦਾ ਮੁਰੱਬਾ ਹੁੰਦਾ ਉਹਨੇ ਇੱਕ ਕਿੱਲੇ ਦਾ ਠੇਕਾ ਵਾ बस अल्लाह पाक ने रोजी देनी है जे वेख्या जाए ना मसलन के साडे इलाके च इस्ता माल नू एक साल इन्नी तैयार होंगी है कि अगले साल मसलन विके ही ना लेकिन अल्लाह पाक ने रोजी का एक सवाब बनाया था कि पहले जाता पिशौर फिर पिंडी बहुत ज्यादा जाता पिंडी हुण साल च एक गड्डी भी नहीं जाती सिंध जाता सिंध काफी जाता लेकिन इस दफा जरा ना ये सब तो ज्यादा दुबई गया ਉੱਥੇ ਜਿਹੜੇ ਕਿ ਲੋਕ ਇੱਥੋਂ ਦੇ ਨੇ ਜਿਨ੍ਹਾਂ ਜਾ ਕੇ ਉੱਥੇ ਦੁਕਾਨਾਂ ਬਣਾਈਆਂ ਨੇ ਉਹ ਕਹਿੰਦੇ ਨੇ ਕਿ ਬਾਂਸ ਵੀ ਜਾਂਦਾ ਕੰਟੇਨਰਾਂ ਵਿੱਚ ਇੱਥੋਂ ਲੋਡ ਹੋ ਕੇ ਜਾਂਦਾ ਅਤੇ ਉੱਥੇ ਸ਼ੈੱਡ ਵਗੈਰਾ ਬਣਾਉਂਦੇ ਨੇ ਮਿਸਾਲ ਜਿਹੜੇ ਨਾ ਛਾਂ ਵਾਸਤੇ ਭੇਡ ਬੱਕਰੀਆਂ ਦੇ ਊਂਟਾਂ ਦੇ ਜਾਂ ਮੁਰਗੀਖਾਨੇ ਉਹਦੇ 'ਤੇ ਇਸਤੇਮਾਲ ਹੁੰਦਾ ਉਹ ਪਹਿਲੇ ਚਾਈਨਾ ਤੋਂ ਆਉਂਦੇ ਨੇ ਜਾਂਦੀ ਸੀ ਬਾਂਸ ਦੀ ਚਿੱਕ ਲੇਕਿਨ ਇਹਦੀ ਛਾਂ ਜਿਹੜੀ ਆ ਠੰਡੀ ਆ ਅਗਰ ਬਾਰਿਸ਼ ਨਾ ਹੋਏ ਤਾਂ ਇਹ ਤਾਂ ਸਾਰੀ ਉਮਰ ਨਹੀਂ ਖਰਾਬ ਹੁੰਦਾ ਦਸਵੇਂ ਮਹੀਨੇ ਜਿਹੜਾ ਨਾ ਅਕਤੂਬਰ ਦੇ ਮਹੀਨੇ ਦੇ ਐਂਡ ਤੇ ਸਟਾਰਟ ਹੁੰਦਾ ਤੇ ਤਕਰੀਬਨ ਕੋਈ 6-7 ਮਹੀਨੇ ਤੱਕ ਜਿਹੜਾ ਨਾ ਇਹ ਚੱਲਦਾ ਉਸ ਜ਼ਿਆਦਾ ਤੋਂ ਜ਼ਿਆਦਾ 8 ਮਹੀਨੇ ਚੱਲਦਾ ਉਸ ਤੋਂ ਬਾਅਦ ਬੰਦ ਹੋ ਜਾਂਦਾ ਜਿਹੜੇ ਕਿ ਤਗੜੇ ਠੇਕੇਦਾਰ ਨੇ ਮਾਲਦਾਰ ਠੇਕੇਦਾਰ ਨੇ ਉਹਨਾਂ ਕੋਲ ਮਸਲਨ ਉਹ ਵਸਾਇਲ ਹੈ ਨੇ ਉਹ ਫਿਰ ਉਹ ਜਿਹੜੇ ਦਿਨਾਂ 'ਚ ਬੰਦ ਹੁੰਦਾ ਉਹਨਾਂ ਦਿਨਾਂ ਦੇ ਵਿੱਚ ਵੀ ਉਹ ਤਿਆਰ ਕਰਕੇ ਅਤੇ ਅੰਦਰ ਲਾਈ ਜਾਂਦੇ ਨੇ ਹਾਂਜੀ ਤੋ ਉਹ ਵਿਕਦਾ ਰਹਿੰਦਾ ਜ਼ਿਆਦਾਤਰ ਜਿਹੜਾ ਇਹ ਕੰਮ ਹੁੰਦਾ ਇਹ 8 ਮਹੀਨੇ ਤਕਰੀਬਨ 8-9 ਮਹੀਨੇ ਹੁੰਦਾ
ਕਿੰਨੀ ਕੁ ਕੁਆਲਿਟੀ ਹੈ ਜਿਹੜਾ ਬਾਹਰ ਜਾਂਦਾ ਜਾ ਰਿਹਾ ਉਹ ਤੋਂ ਬਹੁਤ ਅੱਛੀ ਕੁਆਲਿਟੀ ਦਾ ਇਹਦੇ ਵਿੱਚ ਦੋ ਤਿੰਨ ਕੁਆਲਿਟੀਆਂ ਨੇ ਇੱਕ ਜਿਹੜੀ ਸਭ ਤੋਂ ਹਲਕੀ ਕੁਆਲਿਟੀ ਹੈ ਨਾ ਉਹਦੇ ਵਿੱਚ ਬੂਰ ਵਗੈਰਾ ਵੀ ਲੱਗ ਜਾਂਦਾ ਅਤੇ ਢਿੱਲ ਐਸਣਾ ਮਸਲਣ ਖੁੱਲ੍ਹਾ ਜਿਹੜਾ ਨਾ ਉਣਿਆ ਜਾਂਦਾ ਉਸ ਤੋਂ ਬਾਅਦ ਜਿਹੜਾ ਉਸ ਤੋਂ ਜ਼ਰਾ ਕਿ ਚੰਗਾ ਆ ਜਾਂਦਾ ਉਸ ਤੋਂ ਚੰਗਾ ਇਸ ਤੋਂ ਵੀ ਚੰਗਾ ਬਣਦਾ ਇਹਦੇ ਤੋਂ ਇਹਦੇ ਵਿੱਚ ਇਹ ਵਾ ਕਿ ਛੋਟਾ ਕਾਨਾ ਨਹੀਂ ਲੱਗਦਾ ਪੂਰਾ ਪੂਰਾ ਮਸਲਣ ਜਿਹੜਾ ਨਾ ਲੱਗਦਾ ਜਿਹਨੂੰ ਕੱਪੜਾ ਲੱਗਦਾ ਸਜਾਵਟ ਵਾਸਤੇ ਕੋਠੀਆਂ ਵਗੈਰਾ ਨੂੰ ਅਮੀਰ ਲੋਕ ਲਾਉਂਦੇ ਨੇ ਉਹ ਇਸ ਤੋਂ ਵੀ ਚੰਗਾ ਬਣਦਾ ਤਗੜੇ ਲੋਕਾਂ ਦਾ ਹੁੰਦਾ ਮਾੜੇ ਦਾ ਰੇਟ ਕਾਹਦਾ ਹੋਣਾ ਇਹ ਜਦੋਂ ਇਹ ਸਟਾਰਟ ਕਰਾਉਂਦੇ ਨੇ ਸਾਡੇ ਕੋਲੋਂ ਉਦੋਂ ਇਹਦਾ ਤਕਰੀਬਨ ਜਿਹੜਾ ਨਾ 8 ਰੁਪਏ 50 ਪੈਸੇ ਇੱਕ ਫੁੱਟ ਦੀ ਕੀਮਤ ਜਾਣੀ ਕਿ ਦਿੰਦੇ ਨੇ ਤਿਆਰ ਮਾਲ ਅਤੇ ਜਦੋਂ ਅਸੀਂ ਲੋਕ ਸਾਰੇ ਲੋਕ ਇਹਨੂੰ ਬਣਾਉਣਾ ਸ਼ੁਰੂ ਕਰ ਦਿੰਦੇ ਹਾਂ ਫਿਰ ਨਾਲ ਹੀ ਉਹ ਵਪਾਰੀ ਇਹ ਕਹਿਣਾ ਸ਼ੁਰੂ ਕਰ ਦਿੰਦਾ ਜੀ ਉਹ ਜੀ ਅੱਗੋਂ ਆਰਡਰ ਮੁੱਕ ਗਿਆ ਜੀ ਇੰਝ ਹੋ ਗਿਆ ਫਲਾਣ ਹੋ ਗਿਆ 500 ਰੁਪਏ ਰੇਟ ਟੁੱਟ ਗਿਆ ਫਿਰ 8 ਰੁਪਏ ਕਰ ਲੈਣਾ ਫਿਰ ਨਾਲ ਹੀ ਉਹ 10 ਕੁ ਦਿਨਾਂ ਬਾਅਦ ਆਉਣਾ ਅਤੇ ਆਖਣਾ ਫਿਰ ਰੇਟ ਟੁੱਟ ਗਿਆ ਫਿਰ 7 ਰੁਪਏ 7.5 ਕਰ ਲੈਣਾ ਫਿਰ 7 ਕਰ ਲੈਣਾ ਹੁਣ ਇਹਦਾ ਤਕਰੀਬਨ 6 ਰੁਪਏ 70 ਪੈਸੇ 80 ਪੈਸੇ ਜਿਹੜਾ ਨਾ ਦੇ ਰਹੇ ਨੇ ਸਾਨੂੰ ਅਗਲੇ ਪਾਸੇ ਜਿਹੜਾ ਨਾ ਇਹਨਾਂ ਦਾ ਉਹ ਹੀ ਰੇਟ ਹੈ 10 ਰੁਪਏ ਫੁੱਟ ਦਾ ਲੇਕਿਨ ਗਰੀਬ ਆਦਮੀ ਜਿਹੜਾ ਉਹ ਇਹਨੂੰ ਸਟਾਕ ਨਹੀਂ ਕਰ ਸਕਦਾ ਕਿਉਂਕਿ ਇਹਦੇ 'ਤੇ ਲਾਗਤ ਹੀ ਬੜੀ ਆਉਂਦੀ ਹੈ ਪਹਿਲੇ ਇਹ ਜਿਹੜਾ ਪੂਰਾ ਜੇ ਇਹ ਸਾਨੂੰ ਮਿਲਦਾ ਰਿਹਾ 150 ਦਾ 200 ਦਾ ਇਸ ਮੌਕੇ 500 ਰੁਪਏ ਦਾ ਇੱਕ ਪੂਰਾ ਸਾਨੂੰ ਮਿਲਦਾ ਪਿਆ ਇਹ 400 ਕਾਨੇ ਦਾ ਪੂਰਾ 100 ਰੁਪਈਆ ਇਹਦੀ ਜਿਹੜੀ ਆ ਸਿਲਾਈ ਆ ਜਿਹੜੇ ਆ ਬੀਬੀਆਂ ਸਿਲਾਈ ਕਰਦੀਆਂ ਪਈਆਂ ਨੇ 100 ਰੁਪਈਆ ਇੱਕ ਪੂਰੇ ਦੀ ਆ ਸਿਲਾਈ ਆ ਮਤਲਬ ਗਿਣ ਕੇ ਆਉਂਦਾ ਭਰੀ ਜਿਹੜੀ ਆ ਨਾ ਇਹ ਸ਼ੁਰੂ ਸਟਾਰਟ ਤੋਂ ਜਿਹੜਾ ਨਾ 400 ਕਾਨੇ ਦੀ ਇੱਕ ਭਰੀ ਗਿਣੀ ਜਾਂਦੀ ਆ ਰੇਟ ਜਦੋਂ ਹੁੰਦਾ ਉਦੋਂ ਭਰੀ ਦਾ ਹੀ ਹੁੰਦਾ ਲੇਕਿਨ ਜਦੋਂ ਅੱਗੇ ਸਾਨੂੰ ਇਹ ਦਿੰਦੇ ਨੇ ਇਹ 400 ਦੀ ਬਜਾਏ 350 ਸਾਢੇ 300 ਨਿਕਲਦਾ 50 ਕਾਨੇ ਘੱਟ ਨਿਕਲਦੇ ਨੇ ਅੱਗੇ ਫਿਰ ਇਹਦੀ ਅਸੀਂ ਸਿਲਾਈ ਜਦੋਂ ਦਿੰਦੇ ਹਾਂ ਉਹ ਛਲਾਵੇ ਗਿਣ ਕੇ ਫਿਰ ਬੰਨਦੇ ਨੇ ਇਹਨੂੰ 400 ਕਾਨਾ 100 ਰੁਪਈਆ ਇੱਕ ਪੂਰੇ ਦੀ ਫਿਰ ਸਿਲਾਈ ਲੈਂਦੇ ਨੇ ਸਾਡੇ ਕੋਲ 30 ਰੁਪਏ ਇੱਕ ਭਰੀ ਦੇ ਸਾਈਜ਼ ਕੱਟਣ ਦੀ ਆ ਮਤਲਬ ਉਹ 16 ਤੋਂ ਲੱਗ ਕੇ 4 ਤੱਕ ਜਾਂ 6 ਤੱਕ ਸਾਈਜ਼ ਕੱਟਣ ਦੀ ਅੱਗੇ ਫਿਰ ਉਣਾਈ ਜਿਹੜੀ ਆ ਇਹਦੀ 140 ਰੁਪਏ ਸੈਕੜੇ ਦੀ ਆ ਇਹ ਜਿਹੜੇ ਮਤਲਬ ਇਹ ਹੁਣ ਬਜ਼ੁਰਗ ਨੇ ਅਗਰ ਇਸ ਜਗ੍ਹਾ 'ਤੇ ਨਾ ਹੋਣ ਕਿਸੇ ਹੋਰ ਪਿੰਡ ਹੋਣ ਅਤੇ ਉਹ ਸਮਝ ਲਓ ਵੀ ਇਹ ਹੁਣ ਭਾਰਾ ਕੰਮ ਤਾਂ ਨਹੀਂ ਨਾ ਕੋਈ ਕਰ ਸਕਦੇ ਇੱਥੇ ਆਪਣੀ ਮਰਜ਼ੀ ਨਾਲ ਸਵੇਰੇ ਘਰੋਂ ਨਾਸ਼ਤਾ ਕਰਕੇ ਆਉਂਦੇ ਨੇ ਬਹਿ ਖਲੋ ਕੇ 9,000 ਰੁਪਈਆ ਕਮਾ ਲੈਂਦੇ ਨੇ ਉਹ ਤਕਰੀਬਨ ਇਹਨਾਂ ਦੀ 80 ਸਾਲ ਦੀ ਉਮਰ ਹੈ ਅਤੇ ਇਸ ਉਮਰ ਇਹ ਕੰਮ ਤਾਂ ਨਹੀਂ ਨਾ ਕਰ ਸਕਦੇ ਲੇਕਿਨ ਇਹ ਆ ਕਿ ਮਜਬੂਰੀ ਆ ਮਿਹਨਤ ਕਰਕੇ ਖਾਣ ਦੀ ਮਜਬੂਰੀ ਆ ਹਾਂਜੀ ਅਤੇ ਇਹਦਾ ਇਹ ਫਾਇਦਾ ਮਤਲਬ ਕੁਝ ਲੋਕ ਇਹ ਵੀ ਕੰਮ ਕਰ ਰਹੇ ਨੇ ਕਿ ਮਤਲਬ ਆਪਣਾ ਨਾਲ ਮਾਲ ਡੰਗਰ ਰੱਖਿਆ ਉਹਨਾਂ ਦੇ ਪੱਠੇ ਵੀ ਲੈਂਦੇ ਅਤੇ ਆਣ ਕੇ ਇਹਦੇ 'ਤੇ ਵੀ ਟਾਈਮ ਦੇ ਲਿਆ ਪਿੰਡ ਵਿੱਚ ਘਰਾਂ ਵਿੱਚ ਅੱਡੇ ਲੱਗੇ ਨੇ ਉਹ ਲਾਈਟ ਦੇ ਜ਼ਰੀਏ ਮਿਸਾਲ ਆ ਕੰਮ ਕਰ ਲਿਆ ਆਪਣਾ ਮਤਲਬ ਇੱਧਰੋਂ ਵੀ 700-800 ਰੁਪਈਆ ਕਮਾ ਲੈਣਾ ਉੱਧਰ ਆਪਣੇ ਮਾਲ ਡੰਗਰ ਨੂੰ ਵੀ ਸਾਂਭ ਲੈਣਾ ਜਿਹੜੇ ਸਾਰਾ ਦਿਨ ਹੀ ਇਸੇ ਕੰਮ 'ਤੇ ਨੇ ਉਹ 20-25,000 ਰੁਪਈਆ ਵੀ ਕਮਾ ਲੈਂਦੇ ਨੇ ਜਵਾਨ ਲੜਕੇ ਜਿਹੜੇ ਨੇ ਫਿਰ ਨਿਰਾ ਇਹ ਹੀ ਨਹੀਂ ਕਿ ਉਹ ਇੱਥੇ ਮਤਲਬ ਜਿਹੜਾ ਨਾ ਇਹੋ ਹੀ ਮਿਹਨਤ 'ਤੇ ਲੋਕ ਮਤਲਬ ਡਿਪੈਂਡ ਕਰ ਰਹੇ ਨੇ ਇਹਦੇ ਤੋਂ ਮਿਹਨਤ ਕਰਕੇ ਡਾਕਟਰ ਇੰਜੀਨੀਅਰ ਮਤਲਬ ਤਰੱਕੀ ਵੀ ਬੜੀ ਕੀਤੀ ਆ ਮਤਲਬ ਜਿਹੜੇ ਕਿ ਇਹ ਕੰਮ ਕਰਕੇ ਨਾਲ ਮਤਲਬ ਪੜ੍ਹਦੇ ਰਹੇ ਨੇ ਹਾਂ ਕੋਈ ਮਾਸਟਰ ਹੈ ਕੋਈ ਡਾਕਟਰ ਹੈ ਕੋਈ SHO ਤੱਕ ਮਤਲਬ ਜਿਹੜੀਆਂ ਪੋਸਟਾਂ ਵੀ ਹਾਸਲ ਕੀਤੀਆਂ ਨੇ ਹਾਂਜੀ ਆਪਣੀ ਮਿਹਨਤ ਕਰਕੇ ਪਾਰਟ ਟਾਈਮ ਦੇ ਉੱਤੇ ਮਤਲਬ 200-400 ਦਾ ਕੰਮ ਕਰ ਲੈਣ ਜੋ ਆਪਣੇ ਫੀਸ ਵਗੈਰਾ ਦੇ ਲੈਣੀ ਆ ਜਾਂ ਫਿਰ ਜਿਹੜੇ ਲੋਕ ਉਹ ਸਪੈਸ਼ਲ ਚਿੱਕ ਤਿਆਰ ਕਰਵਾ ਕੇ ਲੈ ਜਾਂਦੇ ਨੇ ਆਪਣੇ ਦੁਕਾਨਾਂ ਤੇ ਜਾ ਕੇ ਫਿਰ ਇਹਨੂੰ ਕੱਪੜਾ ਲਾ ਕੇ ਵੇਚਦੇ ਨੇ ਅਸਲ ਕੀਮਤ ਤੇ ਉਹ ਹੀ ਲੈਂਦੇ ਨੇ ਸਾਡੇ ਕੋਲ ਹੁਣ 7 ਰੁਪਏ ਫੁੱਟ ਲੈਣਾ ਉਹਨਾਂ ਇਹ 35 ਰੁਪਏ ਫੁੱਟ ਦੇਣਾ ਉਹ ਕੱਪੜਾ ਲਾ ਕੇ ਕੱਪੜਾ ਬੜਾ ਲੱਗ ਜਾਏਗਾ 200 ਰੁਪਈਏ ਦਾ ਲੱਗ ਜਾਏਗਾ
नीले कलर दा ला दिता या ब्लैक कलर दा ला दिता मेनू इथे 20 साल हो गए पहले मगर सन 93 च मैट्रिक किया उस तो बाद लाहौर न्यू गार्डन टाउन शान आर्किड विच जिहड़ा ना 4 साल सेलमैन कीती सी अच्छा रहिश इतों 3-4 किलोमीटर अगे आ श्याम कोल मेरा पिंड है बाबा जी रीत नहीं मजदूरी कर सकते मिस्त्रियां मगर कोई काम कर लैंदा कोई अपना मसलन कोई डंगर बछा ला के काम कर लिया कुरबानी से वेच लिया अगों वड्डी तो बाद फिर दोबारा काम स्टार्ट होंदा जिहड़े मतलब नहीं भी बिच बजुर्ग ने काम कर सकते तो फिर एडवांस वगैरह लैके अपना गुजारा चला लेंगे ठेकेदारां कोल हाँ जी